ਮੋਹਾਲੀ ਦੇ ਪਿੰਡ ਪੱਲਣਪੁਰ 'ਚ ਬਣੇ ਸ਼ਾਨਦਾਰ ਰੈਸਟ ਹਾਊਸ ਦੀ ਅਣਦੇਖੀ ਦੀ ਵਜ੍ਹਾ ਨਾਲ ਇਹ ਖੰਡਰ ਬਣਦਾ ਜਾ ਰਿਹਾ, ਪਰ ਹੁਣ ਪੰਜਾਬ ਦੇ ਵਣ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਭਾਗ ਤੋਂ ਇਸ ਦੀ ਜਾਣਕਾਰੀ ਲੈਣ ਦੀ ਗੱਲ ਆਖੀ ਹੈ। ਮੋਹਾਲੀ ਦੇ ਪਿੰਡ ਪੱਲਣਪੁਰ 'ਚ ਕਰੀਬ 15 ਸਾਲ ਪਹਿਲਾਂ ਵਣ ਵਿਭਾਗ ਨੇ ਸ਼ਾਨਦਾਰ ਰੈਸਟ ਹਾਊਸ ਬਣਾਇਆ ਸੀ ਜੋ ਅੱਜ ਕਿਸੇ ਖੰਡਰ ਤੋਂ ਘੱਟ ਨਹੀਂ ਲੱਗ ਰਿਹਾ। ਉਸ ਵੇਲੇ ਇਸ ਰੈਸਟ ਹਾਊਸ ਨੂੰ ਬਣਾਉਣ ਦੇ ਵਿੱਚ ਮੋਟੀ ਰਕਮ ਖਰਚ ਹੋਈ ਸੀ, ਪਰ ਪਿਛਲੀ ਸਰਕਾਰ ਦੇ ਦੌਰਾਨ ਇਸ ਰੈਸਟ ਹਾਊਸ ਦੀ ਲਗਾਤਾਰ ਅਣਦੇਖੀ ਕੀਤੀ ਜਾਂਦੀ ਰਹੀ। ਆਲਮ ਇਹ ਹੈ ਕਿ ਇਸ ਰੈਸਟ ਹਾਊਸ ਨੂੰ ਜੋ ਪੱਕਾ ਰਸਤਾ ਜਾਂਦਾ ਸੀ ਉਹ ਵੀ ਹੁਣ ਬੰਦ ਹੋ ਚੁੱਕਿਆ। ਕਿਹਾ ਜਾ ਰਿਹਾ ਕਿ ਪੰਜਾਬ 'ਚ ਇੱਕ ਵੱਡੇ ਘਰਾਣੇ ਦਾ ਇੱਥੇ ਅਲੀਸ਼ਾਨ ਹੋਟਲ ਬਣ ਗਿਆ ਅਤੇ ਇਸ ਰੈਸਟ ਹਾਊਸ ਦੀ ਅਣਦੇਖੀ ਦੀ ਅਸਲ ਵਜ੍ਹਾ ਵੀ ਉਹੀ ਹੈ। ਲੋਕਾਂ ਦੀ ਮੰਨੀਏ ਤਾਂ ਇਸ ਰੈਸਟ ਹਾਊਸ 'ਚ ਪਹਿਲਾਂ ਰੌਣਕ ਰਹਿੰਦੀ ਸੀ, ਪਰ ਜਦੋਂ ਤੋਂ ਇਸ ਦੇ ਨਾਲ ਚੰਗਾ ਹੋਟਲ ਬਣ ਗਿਆ ਤਾਂ ਫਿਰ ਇਸ ਦੀ ਚਮਕ ਦਮਕ ਫਿੱਕੀ ਪੈ ਗਈ ਹੈ। ਜੱਤਾਂ ਬਹੁਤ ਗੱਡੀਆਂ ਗੁੱਡੀਆਂ ਵਾ ਤੇ ਅਫਸਰਾਂ ਜਾਂ ਗਈ, ਹੁਣ ਤਾਂ ਬਹੁਤ ਉਹ ਘੱਟ ਆਉਂਦੀਆਂ, ਅਫਸਰ ਤਾਂ ਨਹੀਂ ਆਉਂਦੇ ਇੰਨੇ, ਹੈ ਹੁਣ ਗਾਰਡ ਗੂਰਡ ਜਾਂਦਾ, ਮੈਂ ਤੂੰ ਚਲੇ ਜਾਂਦੇ ਇਸ ਤਰ੍ਹਾਂ। ਚਲੋ ਜਿਹੜਾ ਮੇਨ ਰਸਤਾ ਤਾ ਉਹ ਨਹੀਂ ਰਿਹਾ, ਇਹ ਦੋਆ ਜੰਗਲ ਵਿੱਚ ਨੂੰ ਘੁੰਮਾ ਜਾਂਦੇ ਆ ਇਸ ਟਾਈਮ। ਪਹਿਲਾਂ ਆਉਂਦੇ ਤੇ ਜੀ ਪਾਰਟੀਆਂ ਪੁਲਟੀਆਂ ਹੁੰਦੀ ਤੀਆਂ, ਮਤਲਬ ਬਾਹਰ ਤਿਆਗ ਅਫਸਰ ਕਰਦੇ ਤੇ, ਪਰ ਸਾਨੂੰ ਕੋਈ ਪਤਾ ਨਹੀਂ ਵੀ ਕੌਣ ਹੈ ਕੌਣ ਨਹੀਂ। ਹਾਂਜੀ ਹੁਣ ਰਾਹ ਤਾਂ ਬੰਦ ਹੋ ਗਿਆ ਨਾ, ਵਿੱਚੋਂ ਜੰਗਲ 'ਤੇ ਜਾਣਾ ਪੈਂਦਾ, ਜੰਗਲ ਦੇ ਵਿੱਚ ਦੇ ਜਾਣਾ ਪੈਂਦਾ। ਕੈਪਟਨ ਸਰਕਾਰ 'ਚ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਰੈਸਟ ਹਾਊਸ ਦੇ ਬਾਰੇ 'ਚ ਹੁਣੇ ਜਾਣਕਾਰੀ ਮਿਲਣ ਦੀ ਗੱਲ ਕਹਿ ਰਹੇ ਨੇ ਔਰ ਇਸ ਬਾਬਤ ਵਿਭਾਗ ਤੋਂ ਪੂਰੀ ਰਿਪੋਰਟ ਲੈਣ ਨੂੰ ਵੀ ਕਹਿ ਰਹੇ ਨੇ। ਉਧਰ ਸਾਬਕਾ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਕੁਝ ਹੋਰ ਹੀ ਦਲੀਲ ਦੇ ਰਹੇ ਨੇ। ਇਹ ਮੈਂ ਅੱਜ ਹੀ ਮੇਰੇ ਧਿਆਨ 'ਚ ਆਇਆ ਕਿ ਪੱਲਣਪੁਰ ਜਿਹੜਾ ਰੈਸਟ ਹਾਊਸ ਹੈ ਮਹਿਕਮੇ ਦਾ, ਉਹਦਾ ਖਸਤਾ ਹਾਲ ਹੈ। ਕਿਉਂ ਹੋਇਆ, ਕਿਵੇਂ ਹੋਇਆ, ਕਿਹਨੇ ਕਰਵਾਇਆ, ਇਹ ਅਫਸਰਾਂ ਤੋਂ ਮੈਂ ਜਵਾਬ ਤਲਬੀ ਹੈ ਜੀ ਕਰਾਂ। ਇਸ ਕਰਕੇ ਇਹ ਗੌਰਮੈਂਟ ਦੀ ਆਦਤ ਹੈ, ਕਿਉਂਕਿ ਹੁਣ ਅਸਲੀ ਮੁੱਦੇ ਜਿਹੜੇ ਹੈ ਪਰਫਾਰਮੈਂਸ ਦੇ, ਉਹਨਾਂ 'ਤੇ ਸਰਕਾਰ ਨੇ ਚੱਲ ਨਹੀਂ ਸਕਣਾ। ਜਿਹਨਾਂ ਵਾਸਤੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਕਿ ਅਸੀਂ ਤੁਹਾਡਾ ਕਿਸਾਨੀ ਦਾ ਕਰਜ਼ਾ ਮਾਫ਼ ਕਰ ਦਿਆਂਗੇ, ਅਸੀਂ ਇਮੀਡੀਏਟਲੀ ਹੋਰ ਵੱਡੇ ਜਿਹੜੇ ਕੰਮ ਹੈ ਪੰਜਾਬ ਦੇ ਲੋਕਾਂ ਦੇ ਉਹ ਕਰਾਂਗੇ, ਉਹ ਕੰਮ ਹੁਣ ਇਹਨਾਂ ਕੋਲੋਂ ਕੀਤੇ ਨਹੀਂ ਗਏ। ਮੋਟੀ ਰਾਸ਼ੀ ਖਰਚ ਕਰਕੇ ਬਣੇ ਇਸ ਸਰਕਾਰੀ ਰੈਸਟ ਹਾਊਸ ਦੀ ਬਣਾਵਟ ਬੇਹੱਦ ਸ਼ਾਨਦਾਰ ਹੈ, ਪਰ ਹੁਣ ਇਸ ਦਾ ਕੋਈ ਵੀ ਰਖਵਾਲਾ ਨਹੀਂ ਹੈ। ਮਹਿਕਮਾ ਇਸ ਤੋਂ ਮੂੰਹ ਮੋੜ ਚੁੱਕਿਆ ਤੇ ਸਰਕਾਰ ਦੀ ਵੱਲੋਂ ਜਾਣਕਾਰੀ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਇਸ ਰੈਸਟ ਹਾਊਸ ਦੀ ਅਣਦੇਖੀ ਦੀ ਅਸਲ ਵਜ੍ਹਾ ਕੀ ਹੈ, ਕਿ ਰੈਸਟ ਹਾਊਸ ਵਿਭਾਗ ਦੇ ਅਧਿਕਾਰੀਆਂ ਦੀ ਲਾਪਰਵਾਹੀ ਦੀ ਭੇਟ ਚੜ ਗਿਆ ਜਾਂ ਫਿਰ ਕਿਸੇ ਸਿਆਸੀ ਦਬਾਅ ਦੀ ਅਣਦੇਖੀ ਦਾ ਸ਼ਿਕਾਰ ਹੋ ਗਿਆ। ਮੋਹਾਲੀ ਤੋਂ ਜਗਤਾਰ ਭੁੱਲਰ, ਜ਼ੀ ਮੀਡੀਆ।